ਬਟਾਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇ ਸਿਵਲ ਹਸਪਤਾਲ 'ਚ 2 ਦਿਨਾਂ ਤੋਂ ਲਾਵਾਰਿਸ ਪਏ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਲਾਵਾਰਿਸ ਪਏ ਵਿਅਕਤੀ ਦੇ 2 ਦਿਨਾਂ ਤੋਂ ਹਸਪਤਾਲ ਵਿੱਚ ਪਏ ਹੋਣ ਦੀ ਸੂਚਨਾ ਇੱਕ ਸਥਾਨਕ ਸਮਾਜ ਸੇਵੀ ਨੌਜਵਾਨ ਨੂੰ ਮਿਲੀ ਤਾਂ ਉਸਨੇ ਤੁਰੰਤ ਇਹ ਮਾਮਲਾ ਮੀਡੀਆ ਦੇ ਧਿਆਨ ਵਿੱਚ ਲਿਆਂਦਾ। ਨੌਜਵਾਨ ਦਾ ਦਾਅਵਾ ਹੈ ਕਿ ਜਦੋਂ ਮੀਡੀਆ ਹਸਪਤਾਲ ਪਹੁੰਚੀ ਤਾਂ ਸਟਾਫ ਨੇ ਕੈਮਰਾ ਦੇਖ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਕਿ ਉਸ ਵਿਅਕਤੀ ਦੀ ਮੌਤ ਤੋਂ ਬਾਅਦ ਮ੍ਰਿਤਕ ਦੇਹ ਨੂੰ ਬਿਨਾਂ ਢੱਕੇ ਹੀ ਛੱਡ ਦਿੱਤਾ ਗਿਆ। ਇਸ ਬਾਰੇ ਜਦ ਹਸਪਤਾਲ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਹਸਪਤਾਲ 'ਚ ਐਂਬੂਲੈਂਸ ਵਰਗੀ ਸਹੂਲਤ ਵੀ ਨਹੀਂ ਮੌਜੂਦ। ਫਿਲਹਾਲ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪੇਸ਼ੈਂਟ ਅਨਨੋਨ ਪੇਸ਼ੈਂਟ ਸੀਗਾ, ਇਹ 11 ਤਰੀਕ ਨੂੰ ਆਇਆ ਸੀਗਾ ਇਹ, ਠੀਕ ਹੈ ਜੀ, ਤੇ 2:40 ਤੇ, ਠੀਕ ਹੈ ਜੀ, ਇਹਨੂੰ 108 ਜਿਹੜੀ ਐਂਬੂਲੈਂਸ ਆ ਉਹ ਲੈ ਕੇ ਆਈ ਸੀਗੀ। ਉਹ ਕਿਹੜੀ ਜਗ੍ਹਾ ਤੋਂ? 108 ਪਤਾ ਨਹੀਂ ਕਿੱਥੋਂ ਲੈ ਕੇ ਆਈ, 108 ਵਾਲੇ ਥੰਮ ਦੇ ਕਿੱਥੋਂ ਲੈ ਕੇ ਨਹੀਂ, ਸਾਨੂੰ ਉਹ ਹੈਂਡਓਵਰ ਕਰਕੇ ਗਏ ਉਹ, ਠੀਕ ਹੈ ਜੀ, ਤੇ ਉਹਦਾ ਮਤਲਬ ਹੁਣ ਉਹਦੀ ਅਨਕੋਨਸ਼ੀਅਸ ਸਟੇਜ ਵਿੱਚ ਸੀਗਾ ਉਹ ਪੇਸ਼ੈਂਟ ਦਾ, ਉਦੋਂ ਦੀ ਉਹਨਾਂ ਦੀ ਟ੍ਰੀਟਮੈਂਟ ਚੱਲਦੀ ਸੀਗੀ ਉਹ, ਅਤੇ ਅੱਜ ਉਹ ਪੇਸ਼ੈਂਟ ਉਹ ਕਲੈਪਸ ਹੋ ਗਿਆ, ਉਹ ਪੇਸ਼ੈਂਟ ਉਹਦਾ ਕਾਰਡਿਕ ਅਰੈਸਟ ਹੋਣ ਨਾਲ ਉਹਦੀ ਡੈਥ ਹੋ ਗਈ ਉਹਦੀ। ਸਰ 11 ਤਰੀਕ ਨੂੰ ਆਇਆ ਤੇ ਕਿੰਨੇ ਵਜੇ ਆਇਆ? 11 ਤਰੀਕ 2:40 ਤੇ। ਤੇ ਸਰ 11 ਤਰੀਕ ਨੂੰ ਜਿਹੜੀ ਕਿੰਨੇ ਵਜੇ ਕੰਪਲੇਂਟ ਕੀਤੀ ਗਈ ਪੁਲਿਸ ਨੂੰ? ਪੁਲਿਸ ਨੂੰ ਤਾਂ ਅਸੀਂ ਉਦਣ ਭੇਜਦੀ ਸੀਗੀ, ਉਦਣ ਉਹਨੂੰ ਇਨਕੁਆਇਰੀ ਕਰਨ ਵਾਸਤੇ ਭੇਜਦਾ ਸੀਗਾ। ਉਦਣ ਦੀ ਕੰਪਲੇਂਟ ਹੋਈ ਹੋਈ ਹੈ ਪੇਸ਼ੈਂਟ, ਸਾਡੇ ਕੋਲ ਰਿਕਾਰਡ ਚੈੱਕ ਸੈਨ ਹੋਏ, ਸਾਡੇ ਹੁਣ ਪੁਲਿਸ 'ਤੇ ਅੱਜ ਗਈ ਦੁਬਾਰਾ ਉਹਨਾਂ ਨਹੀਂ ਕੰਬਲ ਹੈਗਾ ਆ, ਹੁਣ ਥੋੜਾ ਉਹ ਗੰਦਾ ਹੋ ਗਿਆ ਸੀ, ਡਿੱਗ ਪਏ ਥੱਲੇ ਤਾਂ ਦੁਬਾਰਾ ਕੰਬਲ ਦਿੱਤਾ ਉਹਦੇ ਉੱਪਰ। ਜੀ ਦੇਖੋ ਇਸ ਤਰ੍ਹਾਂ ਹੈ ਕਿ ਇਸ ਹੋਸਪਿਟਲ 'ਚ ਜਿਹੜੀ ਇੱਕ ਸਭ ਤੋਂ ਵੱਡੀ ਦਿੱਕਤ ਆ ਔਰ ਜਿਹਦੇ ਬਾਰੇ ਵਾਰ ਵਾਰ ਕਿਹਾ ਜਾ ਰਿਹਾ ਕਿ ਬਾਬਾ ਬਕਾਲਾ ਸਾਹਿਬ ਸਬ ਡਿਵੀਜ਼ਨਲ ਹੋਸਪਿਟਲ ਹੈ, ਇੱਥੇ ਇੱਕ ਬਹੁਤ ਵਧੀਆ ਐਂਬੂਲੈਂਸ ਸਾਡੇ ਕੋਲ ਹੋਣੀ ਚਾਹੀਦੀ ਹੈ ਤਾਂ ਕਿ ਪੇਸ਼ੈਂਟ, ਕਿਉਂਕਿ ਪੇਸ਼ੈਂਟ ਕੌਨਸ਼ੀਅਸ ਅਨਕੌਨਸ਼ੀਅਸ ਸੈਮੀ ਕੌਨਸ਼ੀਅਸ ਸਟੇਟ 'ਚ ਸੀ, ਇਸ ਪੇਸ਼ੈਂਟ ਨੂੰ ਹਾਇਰ ਸੈਂਟਰਸ 'ਤੇ ਰੈਫਰ ਕਰਨਾ ਬਣਦਾ ਸੀ, ਗੁਰੂ ਨਾਨਕ ਹੋਸਪਿਟਲ ਜਾਂ ਉਸ ਤੋਂ ਵੀ ਅੱਗੇ ਜੇ ਪੋਸੀਬਲ ਆ ਫੋਰ ਸਕੈਨਸ ਇਹ ਪੇਸ਼ੈਂਟ ਰੈਫਰ ਹੋਣਾ ਚਾਹੀਦਾ ਸੀ, ਬਟ ਇੱਕ ਪੇਸ਼ੈਂਟ ਦੇ ਨਾਲ ਅਟੈਂਡੈਂਟ ਕੋਈ ਨਹੀਂ, ਸ਼ੁਰੂਆਤੀ ਦੌਰ 'ਚ 108 ਵਾਲੇ ਕਹਿੰਦੇ ਕੋਈ ਅਕੰਪਨਿੰਗ ਪਰਸਨ ਹੋਣਾ ਚਾਹੀਦਾ, ਉਸ ਟਾਈਮ ਅਸੀਂ ਪੁਲਿਸ ਵਾਲਿਆਂ ਨੂੰ ਇਨਫੋਰਮ ਕੀਤਾ ਬਟ ਉਹਨਾਂ ਦੀ ਕੋਈ ਵੀ ਬਾਬਾ ਕੁਛ ਕਹਿੰਦੇ ਬਿਆਸ ਵਾਲੇ ਹੈਗੇ ਉੱਥੇ ਐਂਟਰ ਕਰਨਾ, ਕੁਛ ਕਹਿੰਦੇ ਨਹੀਂ ਇੱਥੇ ਕਰਨਾ, ਆਪਸ 'ਚ ਉਹਨਾਂ ਦੀ ਸਲਾਹ ਨਹੀਂ ਬਣੀ, ਫਿਰ ਬੜੀ ਲੇਟ ਸਲਾਹ ਬਣੀ, ਫਿਰ ਉਹ ਅਕੰਪਨਿੰਗ ਪਰਸਨ ਆਏ, ਉਸ ਟਾਈਮ ਫਿਰ 108 ਨੂੰ ਫੋਨ ਕੀਤਾ ਗਿਆ ਕਿ ਹੁਣ ਪੁਲਿਸ ਵਾਲੇ ਵੀ ਸਾਡੇ ਨਾਲ ਆ ਗਏ ਆ ਫੋਰ ਸਕੈਨਸ, ਇਹਨੂੰ ਅੰਮ੍ਰਿਤਸਰ ਲੈ ਕੇ ਜਾਇਆ ਜਾਵੇ, ਬਟ ਉਹ ਉਹਨਾਂ ਨੇ ਮਤਲਬ 108 ਵਾਲਿਆਂ ਨੇ ਕਹਿੰਦੇ ਕਿ ਇਸ ਟਾਈਮ 'ਤੇ ਗੱਡੀ ਕੋਈ ਅਵੇਲੇਬਲ ਨਹੀਂ, ਸਾਡੀ ਮੈਡੀਕਲ ਆਫੀਸਰ ਲਗਭਗ 2 ਘੰਟੇ ਫੋਨ 'ਤੇ ਟਰਾਈ ਕਰਦੀ ਰਹੀ ਕਿ ਗੱਡੀ ਮਿਲ ਜਾਏ, 108 ਦੀ ਅਵੇਲੇਬਿਲਟੀ ਹੋ ਜਾਏ, ਜੋ ਕਿ ਹੋ ਨਹੀਂ ਪਾਈ। ਉਸ ਤੋਂ ਬਾਅਦ ਜੋ ਪੋਸੀਬਲ ਟ੍ਰੀਟਮੈਂਟ, ਜਿੰਨਾ ਕਿ ਇਸ ਫੈਸਿਲਿਟੀ 'ਚ ਪੋਸੀਬਲ ਟ੍ਰੀਟਮੈਂਟ ਹੈ ਹੋ ਸਕਦਾ, ਉਹਨਾਂ ਕੀਤਾ ਗਿਆ, ਬਟ ਹੁਣ ਕਿਉਂਕਿ ਪੇਸ਼ੈਂਟ ਦੀ ਕੰਡੀਸ਼ਨ ਕਾਫੀ ਸੀਰੀਅਸ ਸੀ, ਰਾਧਰ ਉਹ ਪਿਛਲੇ 2 ਦਿਨ ਤੋਂ ਸੀਰੀਅਸ ਹੀ ਚੱਲ ਰਿਹਾ ਸੀ, ਇਸ ਕਰਕੇ ਅੱਜ ਪੇਸ਼ੈਂਟ ਉਹ ਸਵੇਰੇ ਜਿਹੜਾ ਹੈਗਾ ਇਸ ਤਰੀਕੇ ਨਾਲ ਉਹ ਹੁਣ ਨਹੀਂ ਰਿਹਾ। ਇਸ ਹਸਪਤਾਲ ਦੇ ਵਿੱਚ ਜਿੱਥੋਂ ਤੱਕ ਕੰਬਲ ਹੈ, ਚਾਦਰਾਂ ਹੈ, ਇਨਫਰਾਸਟ੍ਰਕਚਰ ਹੈ, ਉਹਦੀ ਕੋਈ ਕਮੀ ਨਹੀਂ ਹੈਗੀ, ਹਰ ਕਿਸਮ ਦਾ ਸਮਾਨ ਉਪਲਬਧ ਹੈਗਾ। ਸਟਾਫ ਨੂੰ ਠੰਡ ਲੱਗਦੀ ਸੀ ਜਿਹੜਾ, ਮਤਲਬ ਜਾਣ ਦਾ ਦਿਲ ਨਹੀਂ ਕੀਤਾ ਇਹਨਾਂ ਨੇ ਦੇਣ ਦਾ, ਕੱਢ ਕੇ ਕਿਤੇ ਨਾ ਕਿਤੇ ਹੈਗਾ ਨਾ ਕਮੀ ਰਹੀ ਆ, ਇਹ ਤਾਂ ਤੁਹਾਨੂੰ ਮੰਨਣਾ ਪਊਗਾ ਮੈਮ, ਕਮੀ ਰਹੀ ਆ।
ਦੇਖੋ ਕਮੀ ਤਾਂ ਇਹ ਹੈ ਕਿ ਹੁਣ ਜ਼ਰੂਰ ਇਸ ਕਿਸਮ ਦਾ ਨਾਲ ਵੀ ਚਲੋ ਬੋਡੀ ਹੈਗੀ ਹੈ, ਪੁਲਿਸ ਵਾਲੇ ਇਨਫੋਰਮ ਕੀਤੇ ਗਏ ਹੈ ਕਿਉਂਕਿ ਅਨਨੋਨ ਬੋਡੀ ਹੈਗੀ ਹੈ, ਉਹਨਾਂ ਨੇ 72 ਆਵਰਸ ਵਾਸਤੇ ਰੱਖਣਾ ਜਾਂ ਕੁਛ ਹੈ, ਕੰਬਲ ਤਾਂ ਹੋਣਾ ਚਾਹੀਦਾ। ਇਸ ਗੱਲ ਨਾਲ ਅਸੀਂ ਤੁਹਾਡੇ ਸਹਿਮਤ ਹੈਗੇ ਹਾਂ ਬਿਲਕੁਲ, ਵੀ ਜਦੋਂ ਤੁਸੀਂ ਆਏ ਤੁਹਾਨੂੰ ਕੰਬਲ ਤੱਕ ਵੀ ਦੇਖਣ ਨੂੰ ਨਹੀਂ ਮਿਲਿਆ, ਤਾਂ ਲੱਗਦਾ ਕਿਸੇ ਨਾ ਕਿਸੇ ਪਾਸੇ ਕਿਸੇ ਨਾ ਕਿਸੇ ਕਿਸਮ ਦੀ ਕੋਈ ਨੈਗਲੀਜੈਂਸ ਹੈ ਸਟਾਫ ਵੱਲੋਂ। ਇਹਦੇ ਬਾਰੇ ਸਟਾਫ ਨੂੰ ਜਿਹੜੀ ਹੈਗੀ ਹੈ ਜਿਹੜੀਆਂ ਉਚਿਤ ਡਾਇਰੈਕਸ਼ਨਸ ਦੇ ਦਿੱਤੀਆਂ ਜਾਣਗੀਆਂ। ਥੈਂਕ ਯੂ ਮੈਮ, ਅੱਗੇ ਤੋਂ ਇਹੋ ਜਿਹਾ ਕੁਛ ਨਾ ਹੋਵੇ।